ਕੀ ਗੱਲ ਕੀ ਹੋਈ ਮੰਮੀ ਪਾਪਾ ਲੜਦੇ ਪਏ ਸੀ ਆਪਸ ਵਿੱਚ ਤੇ ਅਚਾਨਕ ਹੀ ਮੰਮੀ ਰਸੋਈ ਵਿੱਚ ਗਏ ਤੇ ਉਹਨਾਂ ਨੇ ਮਿੱਟੀ ਦਾ ਤੇਲ ਪਾ ਲਿਆ ਸਾਨੂੰ ਪਤਾ ਨਹੀਂ ਲੱਗਾ ਕਦ ਲੜਾਈ ਕਦੋਂ ਹੁੰਦੀ ਸੀ ਪਤਾ ਨਹੀਂ ਆਪਸ ਵਿੱਚ 2 ਵਜੇ ਦੇ ਲੜਦੇ ਪਏ ਸੀ ਆਪਸ ਵਿੱਚ ਕੋਈ ਪੈਸੇ ਵਾਲਾ ਜਾਂ ਕੋਈ ਚੀਜ਼ ਨਹੀਂ ਨਹੀਂ ਪੈਸੇ ਵਾਲਾ ਨਹੀਂ ਆਪਸ ਵਿੱਚ ਐਵੇਂ ਲੜਦੇ ਪਏ ਸੀ ਪੈਸੇ ਵਾਲਾ ਹਾਂਜੀ ਖਰਚੇ ਬਾਰੇ ਖਰਚੇ ਬਾਰੇ ਹਾਂਜੀ ਕਿੰਨਾ ਜਿਹਾ ਹੋ ਗਿਆ ਖਰਚਾ ਪਾਣੀ ਘਰ ਨਹੀਂ ਦਿੰਦੇ ਪਏ ਕਾਫੀ ਟਾਈਮ ਹੋ ਗਿਆ ਮੇਰੇ ਪਾਪਾ ਆਂਦੇ ਮੰਮੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਜੇ ਅਗਰ ਅਸੀਂ ਘਰ ਨਾ ਹੁੰਦੇ ਤੇ ਇਹਨਾਂ ਨੇ ਝਗੜਾ ਮਤਲਬ ਕਿ ਮੇਰੇ ਪਾਪਾ ਮੰਮੀ ਨੂੰ ਖਰਚਾ ਨਹੀਂ ਦਿੰਦੇ ਤੇ ਮੇਰੀ ਮੰਮੀ ਲੜਦੇ ਝਗੜਦੇ ਸੀ ਆਉਂਦਿਆਂ ਤੇ ਆਉਂਦਿਆਂ ਮੇਰੀ ਮੰਮੀ ਨੂੰ ਕੁੱਟਾ ਲਾਪੇ ਤੇ ਫਿਰ ਮਿੱਟੀ ਦਾ ਤੇਲ ਪਾਤਾ ਤੇ ਫਿਰ ਅੱਗ ਲਾ ਲਈ ਮੰਮੀ ਡੈਡੀ ਨੇ ਅੱਗ ਲਾਤੀ ਤੇ ਮਤਲਬ ਕਿ ਬਾਅਦ ਵਿੱਚ ਅਗਰ ਜੇ ਘਰ ਨਾ ਆਉਂਦੇ ਪਤਾ ਨਹੀਂ ਕੀ ਹੋ ਜਾਣਾ ਮੰਗ ਕਰਦੇ ਹਾਂ ਇਹੋ ਜਿਹੇ ਬੰਦਾ ਸਖ਼ਤ ਸਜ਼ਾ ਦਿੱਤੀ ਜਾਵੇ ਠੀਕ ਹੈ ਠੀਕ ਹੈ ਬਾਜ਼ਾਰ ਜਾਵਾ ਕਿਸੇ ਨੂੰ ਮਿਲ ਕੇ ਆਈ ਫਲਾਨ ਬਿਆਨ ਠੀਕ ਹੈਗੇ ਆ ਅਸੀਂ ਆਪਣੇ ਕੋਲ ਰੱਖਣੇ ਤੇ ਸੈਨ ਮੇਰੇ ਕੋਲ ਹੁੰਦੇ ਨਹੀਂ ਉਹਨਾਂ ਨੇ ਹੱਥ ਫੜ ਕੇ ਕਰਾਏ ਮੈਂ ਕਿਹਾ ਮੇਰੇ ਭਰਾ ਨੂੰ ਆਲਣ ਦੋ ਕਹਿੰਦਾ ਕੋਈ ਗੱਲ ਨੀ ਉਹਨੂੰ ਮਿਲ ਲਾਂਗੇ ਬਾਅਦ ਚ ਕਿਰਾਏ ਮੈਂ ਕਿਹਾ ਜੋ ਵੀ ਉਹਨਾਂ ਨੂੰ ਆ ਲੈਣ ਦੋ ਕਹਿੰਦਾ ਕੋਈ ਗੱਲ ਤੁਸੀਂ ਸੈਨ ਤੇ ਕਰੋ ਹਾਂ ਉਹਨਾਂ ਨੂੰ ਮਿਲ ਲਾਂਗਾ ਪੈਸੇ ਪੂਸੇ ਮਿਲੇ ਨਾ ਤਦ ਕਰਕੇ ਕਿਸੇ ਦੀ ਮਦਦ ਨਹੀਂ ਕਰਦਾ ਨਹੀਂ ਜੋ ਥੱਲੇ ਉਤਰ ਕੇ ਜਾਈਏ ਫਿਰ ਗਾਲਾ ਕੱਢਦਾ ਕਦੀ ਕੁਛ ਕਦੀ ਕੁਛ ਤੁਸੀਂ ਕੀ ਚਾਹੁੰਦੇ ਸਰਕਾਰ ਇਹੋ ਹੀ ਚਾਹੁੰਦੀ ਹਾਂ ਕਿ ਮੇਰੀ ਸਹੂਲਤ ਕਰੋ ਫਿਰ ਨਾ ਹੋਇਆ ਕਿਸੇ ਹੋਰ ਨਾਲ ਵੀ ਕੱਲ੍ਹ ਹੋ ਸਕਦਾ ਜੋ ਵੀ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਹੈ ਕੋਈ ਨਹੀਂ ਆਇਆ ਮੇਰੀ ਮਾਸੀ ਕਿੱਥੋਂ ਪੈਸੇ ਲੈ ਗਈ ਆਮ ਗਰੀਬ ਕੱਲ੍ਹ ਨੂੰ ਮੈਨੂੰ ਕੁਛ ਹੋ ਗਿਆ ਮੇਰਾ ਜੇਠ ਅਤੇ ਮੇਰਾ ਘਰ ਵਾਲਾ ਹੀ ਜ਼ਿੰਮੇਵਾਰ ਹੋਇਆ ਨਾ ਬਹੁ ਰਾਮ ਆਇਆ ਜਾਂ ਛੋਟੂ ਵੇਖ ਕੇ ਆਮ ਦਰਦ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਹੋ ਗਿਆ ਦੋਨੋਂ ਜਾਣੇ ਜ਼ਿੰਮੇਵਾਰ ਭਰਾ ਤੇ ਜੇ ਮੈਂ ਬਚ ਗਈ ਤੇ ਉੱਪਰ ਜਾ ਕੇ ਪੇਸ਼ ਹੋਵਾਂਗਾ ਪੁਲਿਸ ਵਾਲੇ ਮੈਨੂੰ 600 ਰੁਪਇਆ ਦੇ ਕੇ ਗਏ ਆ ਕਹਿੰਦੇ ਦਵਾਈ ਵੀ ਲੈ ਵਿੱਚੋਂ ਖਰਚ ਵੀ ਲਏ ਚੀਜ਼ਾਂ ਚੀਜ਼ਾਂ ਹਨ ਇਹ ਤੂੰ ਕੀ ਕਿਹਾ ਇਹਨਾਂ ਨੂੰ ਮੈਂ ਰੱਖ ਲਿਆ ਹਾਂਜੀ ਉਹ ਸਾਨ ਕਰ ਲਿਆ ਮੰਮੀ ਕਹਿੰਦੀ ਮੇਰਾ ਹੱਥ ਨਹੀਂ ਸਹੀ ਤੇ ਮੇਰਾ ਹੱਥ ਉਹ ਕਹਿੰਦੇ ਮੇਰੇ ਭਰਾ ਨਹੀਂ ਕਹਿੰਦੇ ਭਰਾ ਨੂੰ ਬਾਅਦ 'ਚ ਵੇਖ ਲਾਂਗੇ ਪਹਿਲਾਂ ਤੁਸੀਂ ਸਾਨ ਕਰ ਦਿਓ ਠੀਕ ਹੈ ਮੈਂ ਇਕੱਲੇ ਨੇ ਥੋੜ੍ਹਾ ਬੁਲਾ ਲੈਣੇ ਮੈਂ ਸਕੂਲ ਡਾਕ ਮਤਲਬ ਸਕੂਲ ਦੀ ਡਾਕ ਜਿਹੜੀ ਆ ਦਫ਼ਤਰ ਵੀ ਦੇਣ ਜਾਣੀ ਹੁੰਦੀ ਬਲਾਕ ਦੇ ਵਿੱਚ ਤੇ ਇਸ ਕਰਕੇ ਮੈਂ ਸਾਰੀਆਂ ਕਲਾਸਾਂ ਨੂੰ ਨਹੀਂ ਪੜ੍ਹਾ ਸਕਦਾ ਕਲਾਸਾਂ ਵੰਡ